ਇਤਿਹਾਸ ਸਮਝਦਾਰ ਇੰਨੀ ਸ਼ਰਮ ਹੋਈ ਆ ਜਦ ਮੈਂ ਕਿਵੇਂ ਸ਼ਾਦੀ ਕਰ ਸਕਦਾ ਪਾਇਨ ਪਾਇਨ ਮੈਨੂੰ ਮਾਫ ਕਰ ਦਿਓ ਪਾਇਨ ਮੈਨੂੰ ਮਾਫ ਕਰ ਦਿਓ ਮੇਰੇ ਕੋ ਬਹੁਤ ਵੱਡੀ ਗਲਤੀ ਹੋ ਗਈ ਹੈ ਨਾ ਨਾ ਪਾਇਨ ਖਾਨਦਾਨੀ ਰਵਾਇਤ ਗੋਲੀ ਪਾਇਨ ਮੈਨੂੰ ਮਾਫ ਕਰ ਦਿਓ ਮੇਰੇ ਕੋ ਬਹੁਤ ਵੱਡੀ ਗਲਤੀ ਹੋ ਗਈ ਹੈ ਪਾਇਨ ਉਹ ਇਹਦੇ ਕੋ ਛੋਟੀ ਜਿਹੀ ਸੀ ਇਹਨੇ ਪੜ ਕੇ ਆਪ ਹੀ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਪਾਇਨ ਮੈਂ ਇਹਦੇ ਨਾਲ ਪਿਆਰ ਕਰਦੀ ਹਾਂ ਤੇ ਮੈਂ ਇਹਦੇ ਨਾਲ ਸ਼ਾਦੀ ਕਰ ਬੈਠੀ ਹਾਂ ਉਹ ਕੈਸੀ ਪਾਗਲ ਹੈ ਇਹਦੇ ਨਾਲ ਦੇਂਦੀ ਸੱਕੀ ਮਾਂ ਨਾਲ ਪਿਆਰ ਨਹੀਂ ਕੀਤਾ ਓਏ ਚੁੱਕ ਆਈ ਜਾ ਲੈ ਲੈ ਗੋਲੀ ਮਾਰ ਮੈਨੂੰ ਮਾਫੀ ਦੇ ਦੇ ਲਿਆ ਬੰਦੂਕ ਲਿਆ ਯਾਰ ਓਏ ਇੱਕ ਮਿੰਟ ਬੰਦੂਕ ਦਾ ਲੱਗਦਾ ਮੈਂ ਤੁਹਾਡੀ ਮਾਂ ਦਾ ਦਰਮਿਆਨ ਦਾ ਪੁੱਤਰ ਆ ਮੈਂ ਸਭ ਨਾਲ ਛੋਟਾ ਵਾ ਲਾਲਾ ਜਦੋਂ ਆਪਾਂ 5 ਸਾਲ ਹੋ ਗਏ ਸੀ ਮਰਿਆ ਮੈਂ ਫਿਰ ਜੰਮਿਆ ਆਪਣੀ ਛੋਟੇ ਮੈਂ ਤੇਰੇ ਜਜ਼ਬਾਤ ਸਮਝਣਾ ਵਾ ਗੋਲੀ ਮਾਰੋ ਛੱਡੋ ਆਪਣੀ ਆਪਣੀ ਲੇਕਿਨ ਗੱਲ ਇਹ ਹੈ ਆਪਣੀ ਸ਼ਫਕਤ ਵਾਲਾ ਖਾਨਾ ਖੋਲੋ ਗੱਲ ਇਹ ਹੈ ਤੇ ਗਲਤੀ ਉਹਨੇ ਕਰ ਹੀ ਲਈ ਹੈ ਤੇ ਮਾਰੋ ਨਾ ਗੋਲੀ ਲਿਆ ਯਾਰ ਉਹ ਯਾਰ ਤੁਸੀਂ ਰਹਿ ਤੇ ਮੈਨੂੰ ਦੇ ਦਿਓ ਲੜਦੇ ਕਿਉਂ ਹੋ ਬਈ ਯਾਰ ਬੰਦੂਕ ਦੀ ਜ਼ਰੂਰਤ ਨਹੀਂ ਕਰੰਟ ਕਰੰਟ ਲੈ ਤੈਨੂੰ ਮਾਫ ਕੀਤਾ ਹੈ ਹੈ ਕੀ ਪਾਇਨ ਮੈਂ ਨੂੰ ਮਾਫ ਕਰਤਾ ਮੈਨੀ ਗੋਲੀ ਖਾਨਦਾਨ ਲੱਤਾ ਕੱਟਣੀ ਹੈ ਕਿੱਥੇ ਗਿਆ ਕੰਮ ਛੋਟੇ ਕਾਕਾ ਮੇਰੀ ਗੱਲ ਸੁਣ ਛੋਟੇ ਜੋ ਅਧਿਕਾਰੀ ਬੈਠਾ ਭਰਜਾਈ ਦੀ ਝੋਲੀ ਚ ਪਾਇਆ ਕਿ ਤੂੰ ਲਾਹ ਬਾਅਦ ਚ ਲੈਣਾ ਮੇਰੇ ਲਈ ਇਹ ਤੋਹਫਾ ਪਹਿਲੇ ਲੈ ਲੈ ਛੋਟੇ ਅਜਿੱਤੇ ਸਾਹਮਣੇ ਦੇ ਰਹੇ ਲਾਈ ਵੀ ਖੁਦ ਸਾਡੇ ਘਰ ਚੋਂ ਖੁਸ਼ੀ ਆ ਗਈ ਹੈ ਕਿੱਥੋਂ ਮੈਂ ਤੈਨੂੰ ਉਸੇ ਨੂੰ ਹਲਕਾ ਜਿਹਾ ਪਰਦਾ ਚੁੱਕ ਦੇਗਾ ਤੂੰ ਵੇਖੀ ਕਿੱਥੋਂ ਆ ਰਹੀ ਪਾਇਨ ਨੂੰ ਗੋਲੀ ਵਾਲੀ ਗੱਲ ਕਿੱਥੇ ਗਈ ਨਹੀਂ ਨਹੀਂ ਮੈਂ ਜਵਾਬ ਦਿੱਤਾ ਹੀ ਭਾਈ ਕਾਕਾ ਗੱਲ ਇਹ ਹੈ ਕਿ ਉਹ ਵੀ ਮੇਰਾ ਭਰਾ ਹੈ ਸ਼ਾਦੀ ਉਹਨੇ ਕਰ ਲਈ ਹੈ ਮੈਂ ਤੇਰੇ ਜਜ਼ਬਾਤ ਸਮਝਣਾ ਵਾ ਨਹੀਂ ਨਾ ਸਮਝਦੇ ਆਏ ਆਏ ਚਾਚੂ ਬੰਨਾ ਚਾਚੂ ਅੱਛਾ ਗੱਲ ਸੁਣ ਅੱਜ ਮੈਂ ਤੁਹਾਡੇ ਜਜ਼ਬਾਤ ਸਮਝ ਗਿਆ ਗੱਲ ਸੁਣ ਸ਼ਾਦੀ ਕਰ ਆਇਆ ਹਾਂਜੀ ਚਲੋ ਤਿਆਰੀਆਂ ਕਰੋ ਹਾਂ ਠੀਕ ਹੈ ਅੰਦਰ ਸੇਜ ਬਣਾਓ ਖੋਲੇ ਗਲਾਬ ਦੇ ਗਲਾਬ ਦੇ ਦਾ ਤਾਰੇ ਹੁੰਦਣਾ ਹਲਕਾ ਜਿਹਾ ਤੇ ਪਾਣੀ ਲੱਗਿਆ ਤਾਰੇ ਨਾ ਤੇ ਕਬਰ ਤੇ ਚੁੱਕਾਂਗਾ ਤੈਨੂੰ ਯਕੀਨ ਹੈ ਕਿ ਭਰਜਾਈ ਤੇਰੀ ਮੈਂ ਮਾਰ ਦੇਣੀ ਹੈ ਓਏ ਉਹਨੂੰ ਦੇਤੀ ਆ ਲੋਲੀ ਲੋਲੀ ਉਹਨੂੰ ਦੇਤੀ ਹੈ ਕੁੱਤਾ ਕੁੱਤਾ ਮੋਟਰ ਵੇ ਤੇ ਚੜਾ ਲਗਾ ਜੇ ਅੱਛਾ ਗੱਲ ਸੁਣ ਦੁੱਧ ਗਰਮ ਹੋਣਾ ਚਾਹੀਦਾ ਨਹੀਂ 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 ਕੀ ਹੋ ਗਿਆ ਜੇ ਤੈਨੂੰ ਠੰਡਾ ਦਿਓ ਗਰਮ ਮੈਂ ਆਪ ਕਰ ਲੈਣਾ ਮੈਂ ਆਪਣੇ ਘਰ ਸਿਲੰਡਰ ਰੱਖਿਆ ਗਿਆ ਸੁਣਾ ਕਿਉਂ ਤੂੰ ਗਰਮ ਕਰ ਲੈਣਾ ਛੋਟਾ ਕਿਧਰ ਜਾ ਮੈਂ ਖੁਦ ਕਰਾਂਗਾ ਪੁੱਤਰ ਚੰਗਾ ਤੂੰ ਮੈਨੂੰ ਲਿਆ ਦਿੱਤਾ ਹੁਣ ਤੂੰ ਗਰਮ ਕਰਕੇ ਚੰਗਾ ਨਹੀਂ ਲੱਗਦਾ ਲਿਆਤਾ ਇੱਧਰ ਕੁੜੀਏ ਤੂੰ ਆਪਣੇ ਬੰਦੇ ਕੋਲ ਸਹੀ ਹੋ ਨਾ ਮੈਂ ਕੀ ਕਰਾਂ ਮੈਨੂੰ ਦੱਸ ਮੈਂ ਕੀ ਕਰਾਂ ਮੇਰੇ ਅੱਖਾਂ ਮੇਰੀ ਇੱਡੀ ਨੇੜੇ ਹੋ ਕੇ ਸੁਣੀ ਛੋਟੇ ਉਹ ਤੇਰੇ ਭਰਾ ਦੀ ਸ਼ਾਦੀ ਤੂੰ ਖੁਸ਼ ਕਿਉਂ ਨਹੀਂ ਹੋ ਰਿਹਾ ਤੁਹਾਨੂੰ ਨਹੀਂ ਨਾ ਪਤਾ ਕੀ ਨਹੀਂ ਪਤਾ ਅੱਲੇ ਅੱਛੀ ਗੱਲ ਤੋੜੀ ਗੱਡੀ ਮੇਰੀ ਚਲਾਵੇ ਐ ਆਪਣਾ ਕਾਕਾ ਉਹਦੇ ਵੇ ਕੁੜੀ ਇੰਦਰਾ ਆ ਅੱਲਾ ਲਾਭ ਪੂਰੇ ਹੋਣ ਲੱਗੇ ਲਾਭ ਪੂਰੇ ਇਹ ਸਲਾਮੀ ਨੇ ਹਾਂ ਦੀਦੀ 2000 ਐ ਤਾਂ ਕੱਲਾ छोटा साडी शादी तो खुश नहीं तो तुसी बूहे अगे बहना ਚਲ ਤੇਰੇ ਚਿਹਰੇ ਤੇ ਮੁਸਕਰਾਹਟ ਹੋਵੇ ਕਿੱਥੋਂ ਕਮੀਆ ਆਇਓ ਤੇ ਬੇਗਮ ਹਾਂਜੀ ਮੀਆਂ ਬੀਵੀ ਗੱਡੀ ਤੇ ਦੋ ਪਈਏ ਹੁੰਦੇ ਨੇ ਤੇ ਮੈਨੂੰ ਸਟੱਪੜੀ ਸਮਝ ਲਓ ਜਦੋਂ ਇੱਕ ਟਾਇਰ ਪਾਟੇਗਾ ਨਾ ਫੇਰ ਤੈਨੂੰ ਲਾਵਾਂ ਤੇ ਕੁੜੀ ਹੋਣੀ ਚਾਹੀਦੀ ਕੁੜਾ ਮੈਂ ਕਿਹਾ ਠੀਕ ਕੁੜੀ ਹੋਈ ਤੇ ਉਹਦਾ ਨਾਂ ਰੱਖ ਦੇਵਾਂਗੇ ਇਹ ਬਲਕੀਸ ਬੇਲਾ ਕੀ ਹੋ ਗਿਆ ਤਾਂ ਤੇ ਜੇ ਮੁੰਡਾ ਹੋਇਆ ਤਾਂ ਉਹਦਾ ਨਾਂ ਰੱਖਾਂਗੇ ਜਵੇਦ ਦਾ ਤੇ ਮੈਂ ਕਿਹਾ ਮੈਨੂੰ ਤੇ ਅੱਲਾ ਦੀ ਜ਼ਮੀਨ ਤੇ ਤੁਸੀਂ ਲੱਭੇ ਹੋ ਜੀ ਜੀ ਲਾਈਟ ਨਾ ਬੰਦ ਕਰਨਾ ਕਿਉਂ ਡਰ ਜਾਂਦੀ ਹੈ
ਨਹੀਂ ਨਹੀਂ ਉਹ ਤੇਰੇ ਨੂੰ ਤੈਨੂੰ ਵੇਖ ਕੇ ਡਰਦੀ ਸੀ ਤੇ ਕੀ ਮੈਂ ਕਰ ਬੈਠੀ ਆ ਹੁਣ ਮੈਂ ਲੈਟ ਪਾ ਲਈ ਇਹਦੇ ਹੱਥੇ ਨਿਕਲ ਜਾਂਦੇ ਹਾ ਸਹੀ ਗੱਲ ਹੈ ਹੁਣ ਹਾਜ਼ਰ ਨਿਕਲ ਜਾਂਦੇ ਇਹਦਾ ਵੱਡਾ ਬੰਦਾ ਤੇ ਕੁਝ ਨਹੀਂ ਜੇਬ ਚ ਕੁਝ ਵੀ ਨਹੀਂ ਜੇਬ ਦੇ ਵਿੱਚ ਕੰਮ ਕਰਾਂਗੇ ਤਾਂ ਕੁਝ ਹੋਵੇਗਾ ਮੈਂ ਕਹਿੰਦੀ ਸਹੀ ਕਰੀ ਜਾ ਰਹੀ ਤੇ ਆ गुलाब के फुल पत्तियां ने मोतिये वांगू चिट्टे दंद किड्डा बुरा लगे पेस्ट इस्तेमाल करते हो इनू बदलो ਬੀਤੋ ਐ ਬੀਜੀਏ